ਪੰਜਾਬ ਦੇ ਉੱਘੇ ਕਵੀ ਸੁਰਜੀਤ ਪਾਤਰ ਦਾ ਲੁਧਿਆਣਾ ਦੇ ਵਿੱਚ ਦੇਹਾਂਤ ਹੋ ਗਿਆ। ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਅਤੇ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਨਿਵਾਸ ਸਥਾਨ ਦੇ ਵਿੱਚ ਆਖਰੀ ਸਾਹ ਲਏ। ਪੰਜਾਬ ਦੇ ਕਵਿਤਾ ਜਗਤ ਦੇ ਵਿੱਚ ਆਪਣੀ ਕਲਾ ਦੇ ਨਾਲ ਵੱਖਰੇ ਮੁਕਾਮ ਹਾਸਲ ਕਰਨ ਵਾਲੇ ਮਹਾਨ ਕਵੀ ਸੁਰਜੀਤ ਪਾਤਰ ਦਾ ਦੇਹਾਂਤ ਹੋ ਗਿਆ। ਉਹਨਾਂ ਨੇ ਆਪਣੇ ਨਿਵਾਸ ਸਥਾਨ ਲੁਧਿਆਣਾ ਵਿਖੇ ਹੀ ਆਖਰੀ ਸਾਹ ਲਏ ਹਨ। ਉੱਘੇ ਕਵੀ ਸੁਰਜੀਤ ਪਾਤਰ ਦਾ ਜਨਮ ਆਜ਼ਾਦੀ ਤੋਂ ਪਹਿਲਾਂ 1945 ਦੇ ਵਿੱਚ ਹੋਇਆ ਸੀ। 2012 ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਨਿਵਾਜ਼ਿਆ ਗਿਆ ਸੀ ਅਤੇ ਪੰਜਾਬੀ ਸਾਹਿਤ ਅਕੈਡਮੀ ਵਰਗੇ ਕਈ ਸਨਮਾਨ ਵੀ ਉਹਨਾਂ ਨੇ ਹਾਸਲ ਕੀਤੇ। ਦੱਸਿਆ ਜਾ ਰਿਹਾ ਕਿ ਸੁਰਜੀਤ ਪਾਤਰ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਉਹਨਾਂ ਦੀ ਉਮਰ ਲਗਭਗ 79 ਸਾਲ ਸੀ। ਉਹਨਾਂ ਨੇ ਆਖਰੀ ਸਾਲ ਲੁਧਿਆਣਾ ਦੇ ਵਿੱਚ ਸਥਿਤ ਆਪਣੀ ਰਿਹਾਇਸ਼ ਵਿੱਚ ਲਏ। ਪੰਜਾਬੀ ਸਾਹਿਤ ਅਤੇ ਕਲਾ ਜਗਤ ਨੂੰ ਸੁਰਜੀਤ ਪਾਤਰ ਦੇ ਜਾਣ ਦਾ ਇੱਕ ਵੱਡਾ ਘਾਟਾ ਪਿਆ ਹੈ। ਸਾਲ 2012 ਦੇ ਵਿੱਚ ਉਹਨਾਂ ਨੂੰ ਪੰਜਾਬੀ ਸਾਹਿਤ ਜਗਤ ਦੇ ਵਿੱਚ ਦਿੱਤੀਆਂ ਆਪਣੀਆਂ ਸੇਵਾਵਾਂ ਕਰਕੇ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਪੰਜਾਬੀ ਸਾਹਿਤ ਅਕੈਡਮੀ ਵਰਗੇ ਕਈ ਸਨਮਾਨ ਵੀ ਉਹਨਾਂ ਨੂੰ ਹਾਸਲ ਹਨ। ਇਸ ਤੋਂ ਇਲਾਵਾ ਕਈ ਸਨਮਾਨ ਹਾਸਲ ਕਰ ਚੁੱਕੇ ਸੁਰਜੀਤ ਪਾਤਰ ਦੀਆਂ ਰਚਨਾਵਾਂ ਵਿਸ਼ਵ ਪ੍ਰਸਿੱਧ ਹਨ। ਇਸ ਤੋਂ ਇਲਾਵਾ ਸਰਸਵਤੀ ਸਨਮਾਨ, ਗੰਗਾਧਰ ਨੈਸ਼ਨਲ ਅਵਾਰਡ, ਭਾਰਤੀ ਭਾਸ਼ਾ ਪ੍ਰੀਸ਼ਦ ਕੋਲਕਾਤਾ ਤੋਂ ਸਨਮਾਨ, ਆਨੰਦ ਕਾਵ ਸਨਮਾਨ ਆਦਿ ਵਰਗੇ ਕਈ ਸਨਮਾਨ ਉਹਨਾਂ ਨੇ ਹਾਸਲ ਕੀਤੇ ਸਨ। ਕੀ ਨਾਮ ਹੈ ਤੁਹਾਡਾ ਸੁਰਜੀਤ ਪਾਤਰ ਜੀ ਦੇ, ਤੁਸੀਂ ਕੌਣ ਹੋ? ਮੇਰਾ ਨਾਮ ਚਰਨਜੀਤ ਸਿੰਘ ਹੈ ਜੀ। ਮੈਂ ਸੁਰਜੀਤ ਪਾਤਰ ਜੀ ਦੇ ਬਿਲਕੁਲ ਗੁਆਂਢੀ ਆਇਆ ਸੀ। ਅੱਛਾ, ਅਤੇ ਕੀ ਹੋਇਆ, ਕਿੱਦਾਂ ਹੋਇਆ ਉਹਨਾਂ? ਬਿਲਕੁਲ ਸਹੀ ਸੀ, ਰਾਤੀ ਆਏ ਆ ਬਰਨਾਲੇ ਤੋਂ, ਪ੍ਰੋਗਰਾਮ ਸੀ ਉੱਥੇ ਕੋਈ ਇਹਨਾਂ ਦਾ ਰੰਗਮੰਚ ਦਾ, ਉੱਥੋਂ ਆਏ ਨੇ ਅਤੇ ਸਵੇਰੇ ਜਦੋਂ ਆਂਟੀ ਨੇ ਉਠਾਇਆ ਤਾਂ ਅੱਗੇ 5 ਵਜੇ ਉੱਠਦੇ ਨੇ ਪਰ ਅੱਜ ਉੱਠੇ ਨਹੀਂ ਸੀਗੇ। ਜਦੋਂ ਉਹਨਾਂ ਨੇ ਦੇਖਿਆ ਕਿ ਨਹੀਂ ਉੱਠੇ ਤਾਂ ਉਠਾਇਆ ਤਾਂ ਪਾਤਰ ਜੀ ਹਿੱਲੇ ਨਹੀਂ। ਸਾਡੇ ਸਾਹਮਣੇ ਡਾਕਟਰ ਸਾਹਿਬ ਨੇ, ਸੰਧੂ ਸਾਹਿਬ, ਉਹਨਾਂ ਨੂੰ ਬੁਲਾਇਆ ਗਿਆ ਔਰ ਬੜੀ ਹੀ ਦੁੱਖ ਦੀ ਗੱਲ ਹੋਈ ਕਿ ਉਹਨਾਂ ਨੇ ਕਿਹਾ ਕਿ ਪਾਤਰ ਸਾਹਿਬ ਨਹੀਂ। ਬਿਮਾਰ ਚੱਲ ਰਹੇ ਸੀਗੇ? ਨਹੀਂ ਨਹੀਂ, ਕੋਈ ਬਿਮਾਰ ਨਹੀਂ ਸੀ, ਰਾਤੀ ਆਏ ਨੇ, ਰਾਤੀ ਆਏ। ਠੀਕ ਹੈ, ਪਹਿਲਾਂ ਕੋਈ ਸਰਜਰੀ ਹੋ ਗਈ ਕਿਸੇ ਨੇ? 5 ਸਾਲ ਪਹਿਲਾਂ ਹੋਈ ਹੈ ਜੀ। ਇਸ ਚੀਜ਼ ਦੀ ਸਰਜਰੀ? ਹਾਰਟ ਦੀ ਗੱਲ। ਹੁਣ ਠੀਕ ਸੀਗੇ? ਹਾਂ ਬਿਲਕੁਲ ਠੀਕ ਸੀ। ਅਫਸੋਸ ਹੈ ਬੜਾ, ਬਹੁਤ ਜ਼ਿਆਦਾ ਅਫਸੋਸ। ਔਰ ਨਾਮਵਰ ਸ਼ਖਸੀਅਤ ਚਲੀ ਗਈ ਪੰਜਾਬੀ ਦੀ, ਇੱਕ ਬਹੁਤ ਹੀ ਨਾ ਪੂਰਾ ਹੋਣ ਵਾਲਾ ਘਾਟਾ, ਨਾ ਪੂਰਾ ਕਦੀ ਵੀ ਨਾ ਪੂਰਾ, ਪੰਜਾਬੀ ਨੂੰ ਇੱਕ ਬਹੁਤ ਵੱਡਾ ਘਾਟਾ। ਉਹਨਾਂ ਦੀ ਕਵਿਤਾਵਾਂ ਅਸੀਂ ਪੜ੍ਹ ਕੇ ਬਹੁਤ ਬਹੁਤ, ਮੈਨੂੰ ਸਾਹਮਣੇ ਡਾਕਟਰ ਸਾਹਿਬ ਦੱਸ ਰਹੇ ਸੀ ਅੱਜ ਵੀ ਜਿਹੜੀ ਉਹਨਾਂ ਦੀ ਕਿਤਾਬਾਂ ਦੀ ਹੈਗੀ ਹੈ ਨਾ ਬੁੱਕ ਹੈ, ਲੋਕ ਕੈਨੇਡਾ ਅਮੈਰੀਕਾ ਤੋਂ ਕਹਿੰਦੇ ਸੀ ਵੀ ਸਾਨੂੰ ਇਹਨਾਂ ਦੇ ਸਿਗਨੇਚਰ ਕੀਤੇ ਭੇਜੋ, ਪਾਤਰ ਸਾਹਿਬ ਦੀ ਸਿਗਨੇਚਰ ਕੀਤੀਆਂ ਬੁੱਕ ਭੇਜੋ। ਇੰਨਾ ਪਿਆਰ ਸੀ ਲੋਕਾਂ ਦੇ, ਇੰਨਾ ਇਹਨਾਂ ਦਾ ਪਿਆਰ ਸੀ ਲੋਕਾਂ ਦੇ ਵਿੱਚ, ਇੰਨੇ ਹੀ ਨਰਮ ਦਿਲ ਬੰਦੇ ਸੀ। ਐਸਐਮਜੈਡ ਨਿਊਜ਼ ਦੇ ਲਈ ਲੁਧਿਆਣਾ ਤੋਂ ਪਿਛੇ ਝਲੋਟਾ ਦੀ ਰਿਪੋਰਟ।